ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਵੇਂ ਤੁਸੀਂ ਜਾਣਦੇ ਹੋ ਵੀ ਨੌਰਵਿਚ, ਜੋ ਕਿ ਕਨੈਟੀਕਟ ਦਾ ਇੱਕ ਸਭ ਤੋਂ ਵਧੀਆ ਅਤੇ ਵੱਡਾ ਸ਼ਹਿਰ ਹੈ, ਉੱਥੇ ਇੱਕ ਮਿਊਰਲ ਬਣਿਆ ਜਿੱਥੇ ਕਿ ਸਿਵਲ ਰਾਈਟ ਅਤੇ ਹਿਊਮਨ ਰਾਈਟਸ ਦੇ ਜਿਹੜੇ ਵੀ ਲੀਡਰ ਹੋਏ ਨੇ ਅਮੈਰੀਕਾ ਦੇ ਵਿੱਚ, ਉਹਨਾਂ ਦੀਆਂ ਪੋਰਟਰੇਟਸ ਲਗਾਈਆਂ ਗਈਆਂ। ਮੈਂ ਸਮਝਦਾ ਬੜੀ ਵੱਡੀ ਇੱਕ ਅਚੀਵਮੈਂਟ ਹੈ ਸਿੱਖਾਂ ਦੇ ਲਈ, ਪੂਰੇ ਸਿੱਖ ਜਗਤ ਦੇ ਲਈ, ਬਈ ਸਿੱਖਾਂ ਦੇ ਜਿਹੜੇ ਸਿਵਲ ਰਾਈਟ ਅਤੇ ਹਿਊਮਨ ਰਾਈਟ ਐਕਟੀਵਿਸਟ ਸਨ, ਜਸਵੰਤ ਸਿੰਘ ਜੀ ਖਾਲੜਾ, ਜਿਹੜੇ ਕਿ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਵੀ ਗਏ ਆਪਣੀ ਆਵਾਜ਼ ਚੁੱਕਣ ਸਿੱਖਾਂ ਦੇ ਲਈ, ਬਈ ਕਿੰਨਾ ਕਾਂਡ ਹੋ ਰਿਹਾ 1984 ਦੇ ਵਿੱਚ, ਕਿੰਨਾ ਕਾਂਡ ਹੋਇਆ ਜਾਂ ਉਸ ਤੋਂ ਬਾਅਦ ਕਿੰਨਾ ਕਾਂਡ ਹੋ ਰਿਹਾ ਇੰਡੀਅਨ ਗਵਰਨਮੈਂਟ ਵੱਲੋਂ ਸਿੱਖਾਂ ਦਾ, ਉਸ ਮੁੱਦੇ ਨੂੰ ਜਿਹਨਾਂ ਨੇ ਹਾਈਲਾਈਟ ਕੀਤਾ। 25,000 ਤੋਂ ਉੱਤੇ ਸਿੱਖਾਂ ਦੀ ਇੱਕ ਸੂਚੀ ਵੀ ਬਣਾਈ ਅਤੇ ਜਿੱਥੇ ਮੈਸ ਕ੍ਰਿਮੇਸ਼ਨ ਸਾਈਟਸ ਨੂੰ ਵੀ ਡਿਸਕਵਰ ਕੀਤਾ ਅਤੇ ਇੱਕ ਪੂਰੀ ਦੁਨੀਆ ਦੇ ਸਾਹਮਣੇ ਆਪਣੀ ਜਿਹੜੀ ਇੱਕ ਲਹਿਰ ਸੀ ਉਹਨੂੰ ਰੱਖਿਆ। ਅੱਜ ਉਹਨਾਂ ਦੀ ਵੀ ਫੋਟੋ ਇੱਥੇ ਸੁਸ਼ੋਭਿਤ ਹੋਈ ਹੈ, ਆਪਣੇ ਆਪ ਵਿੱਚ ਬੜੀ ਵੱਡੀ ਗੱਲ ਹੈ। ਜਿੱਥੇ ਸਿਟੀ ਦੇ ਮੇਅਰ ਆਏ, ਕਾਂਗਰਸਮੈਨ ਜੋ ਕੋਠੀ ਵੀ ਆਏ ਅਤੇ ਹੋਰ ਵੀ ਵੱਡੇ ਵੱਡੇ ਜਿਹੜੇ ਪੋਲੀਟੀਸ਼ੀਅਨਸ ਨੇ, ਸਾਰਿਆਂ ਨੇ ਅੱਜ ਉੱਥੋਂ ਅੱਜ ਸਾਡੀ ਅਨਵੇਲਿੰਗ ਸੈਰੇਮਨੀ ਸੀ ਪਰਦਾ ਚੁੱਕਣ ਦੀ, ਸੋ ਉਹਦੇ ਵਿੱਚ ਪਾਰਟੀਸਪੇਸ਼ਨ ਕੀਤੀ ਅਤੇ ਓਵਰਆਲ ਇੱਕ ਬੜਾ ਹੀ ਵਧੀਆ ਅਤੇ ਪਰਵਾਹ ਹੁੰਗਾਰਾ ਸਾਨੂੰ ਮਿਲਿਆ। ਮੈਂ ਸਮਝਦਾ ਇਹਦੇ ਨਾਲ ਜਿਹੜੀ ਸਿੱਖਾਂ ਦੀ ਇੱਕ ਸਟਰਗਲ ਹੈ ਉਹਨੂੰ ਵੀ ਇੱਕ ਪਲੈਟਫਾਰਮ ਮਿਲੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹੋ ਜਿਹੇ ਉਪਰਾਲੇ ਹੋਰ ਵੱਡੇ ਲੈਵਲ 'ਤੇ ਵੀ ਕਰਦੇ ਰਹਾਂਗੇ ਤਾਂ ਜੋ ਸਾਡੀ ਜਿਹੜੀ ਸਟਰਗਲ ਹੈ ਪੂਰੇ ਵਰਲਡ ਨੂੰ ਪਤਾ ਲੱਗ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Thank you.